ਗੁਰਮੁਖ ਪਿਆਰਿਓ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਬੇਨਤੀਆਂ ਜੋ ਸਾਂਝੀਆਂ ਕਰਨੀਆਂ ਨੇ ਸਤਗੁਰੂ ਕਿਰਪਾ ਕਰਨ ਸਤਗੁਰੂ ਮਿਹਰਾਂ ਕਰਨ ਗੁਰਮੁਖ ਪਿਆਰਿਓ ਆਪਣੀ ਹਵੇਲੀ ਬਣਾਈ ਨੌਜਵਾਨ ਨੇ ਸ਼ੁਭਦੀਪ ਨੇ ਤੇ ਪੁਰਾਣੇ ਘਰ ਦੇ ਵਿੱਚ ਹੀ ਕਿਉਂ ਰਹਿ ਰਿਹਾ ਸੀ ਦਰਸਲ ਇਹ ਗੱਲ ਜਿਹੜੀ ਹੈ ਬਹੁਤ ਖੜਕਰੀ ਸੀ ਕਿਉਂਕਿ ਲੋਕਾਂ ਨੇ ਨਾ ਸਵਾਲ ਬਹੁਤ ਪੁੱਛੇ ਨੇ ਤੇ ਸੰਗਤ ਦੇ ਸਵਾਲ ਬਹੁਤ ਆਏ ਨੇ ਮੈਂ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸੋ ਸਾਰੇ ਜਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਅੱਜ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲੇ ਫਤਿਹ ਦੀ ਸਾਂਝ ਕਰੋ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਕਿਉਂਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਨੌਜਵਾਨ ਦਾ ਕਤਲ ਕੀਤਾ ਗਿਆ ਬੜੀ ਬੇਰਹਿਮੀ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਉਹਦੀ ਵਿਰੋਧਤਾ ਕਰਦਾ ਉਹਦੇ ਕਤਲ ਕਰਨ ਤੇ ਉੱਪਰ ਉਹਦਾ ਕਤਲ ਕਿਉਂ ਕੀਤਾ ਗਿਆ ਕਤਲ ਕਰਨ ਵਾਲਿਆਂ ਦੀ ਮੈਂ ਵਿਰੋਧਤਾ ਕਰਦਾ ਕਿਉਂਕਿ ਉਹਨਾਂ ਨੇ ਕਤਲ ਕੀਤਾ ਇੱਕ ਨੌਜਵਾਨ ਦਾ ਕਤਲ ਨਹੀਂ ਕੀਤਾ ਬਲਕਿ ਦੋ ਹੋਰ ਮੌਤਾਂ ਵੀ ਉਹਨਾਂ ਨੇ ਕੀਤੀਆਂ ਨੇ ਉਹਦੇ ਮਾਪੇ ਨੂੰ ਜਿਉਂਦੇ ਜੀ ਮਾਰਿਆ ਉਹਨਾਂ ਲੋਕਾਂ ਨੇ ਖੈਰ ਅੱਜ ਜੋ ਸਥਿਤੀ ਚੱਲ ਰਹੀ ਹੈ ਇਕੱਲਾ ਸ਼ੁਭਦੀਪ ਨਹੀਂ ਮਾਰਿਆ ਗਿਆ ਪੰਜਾਬ ਦੇ 4 ਨੌਜਵਾਨ ਹੋਰ ਵੀ ਮਾਰੇ ਗਏ ਨੇ ਹੋ ਸਕਦਾ ਇਹਨਾਂ ਨੇ ਮਾਰਿਆ ਹੋਵੇ ਤੇ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਹੋਵੇ ਇਹ ਕੁਝ ਵੀ ਕਿਹਾ ਨਹੀਂ ਜਾ ਸਕਦਾ ਪੰਜਾਬ ਦੇ ਹਾਲਾਤ ਜਿਹੜੇ ਨੇ ਮਾੜੇ ਹੁੰਦੇ ਜਾ ਰਹੇ ਨੇ ਦਿਨ ਪਰ ਦਿਨ ਪੰਜਾਬ ਦੀ ਹਾਲਤ ਜਿਹੜੀ ਹੈ ਉਹ ਵਿਗੜਦੀ ਜਾ ਰਹੀ ਹੈ ਹਾਲਤ ਜਿਹੜੀ ਹੈ ਇਸ ਕਦਰ ਵਿਗੜਦੀ ਜਾ ਰਹੀ ਹੈ ਕੁਝ ਸਮਝ ਨਹੀਂ ਆ ਰਿਹਾ ਵੀ ਕੀ ਚੱਲ ਰਿਹਾ ਹਾਲਤ ਨਾਜ਼ੁਕ ਹੁੰਦੀ ਜਾ ਰਹੀ ਹੈ ਦਿਨ ਪਰ ਦਿਨ ਹਾਲਤ ਬੱਤਰ ਹੁੰਦੀ ਜਾ ਰਹੀ ਹੈ ਪੰਜਾਬ ਦੀ ਪੰਜਾਬ ਨੇ ਪਹਿਲਾਂ ਸੰਤਾਪ ਹੰਡਾਇਆ ਮੈਂ ਕਈ ਵਾਰੀ ਗੱਲ ਕੀਤੀ ਹੈ ਕਿ ਉਦੋਂ ਕਈਆਂ ਨੇ ਫੀਤੀਆਂ ਲਵਾਉਣ ਦੇ ਚੱਕਰ ਚ ਸਟਾਰ ਵਧਾਉਣ ਦੇ ਚੱਕਰ ਚ ਸਾਡੇ ਨੌਜਵਾਨਾਂ ਨੂੰ ਘਰੋਂ ਚੱਕ-ਚੱਕ ਕੇ ਮਾਰਿਆ ਤੇ ਅੱਜ ਨੌਜਵਾਨੀ ਆਪਸ ਚ ਆਪ ਹੀ ਲੜਦੀ ਮਰ ਰਹੀ ਹੈ ਤੇ ਗੈਂਗਸਟਰਵਾਦ ਪੰਜਾਬ ਤੇ ਭਾਰੂ ਪੈ ਗਿਆ ਇਹ ਲੋਕ ਜਿਹੜੇ ਨੇ ਅੱਜ ਨੌਜਵਾਨਾਂ ਨੂੰ ਮਾਰ ਰਹੇ ਨੇ ਠੀਕ ਹੈ ਗਲਤੀ ਹੁੰਦੀ ਹੈ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਨੇ ਮਾਫੀ ਮੰਗਾਓ ਉਸ ਤੋਂ ਉਹਦੇ ਘਰਦਿਆਂ ਨੂੰ ਸ਼ਿਕਾਇਤ ਕਰੋ ਜਾ ਕੇ ਇਹ ਕੀ ਮਤਲਬ ਹੋਇਆ ਕਿ ਉਹਨੂੰ ਮਾਰ ਹੀ ਦੋ ਉਹਨੂੰ ਜਾਨੋਂ ਹੀ ਖਤਮ ਕਰ ਦੋ ਆਪਣੇ ਘਰ ਦੇ ਵਿੱਚ ਵੀ ਇੱਕ ਮਾੜਾ ਜੀ ਹੁੰਦਾ ਨਾ ਆਪਾਂ ਉਹਨੂੰ ਜਾਨੋਂ ਤਾਂ ਨਹੀਂ ਮਾਰ ਦਿੰਦੇ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਨਾ ਸਮਝੇ ਆਪਾਂ ਉਹਦਾ ਖਿਹੜਾ ਛੱਡ ਦਿੰਦੇ ਆਂ ਵੀ ਲੈ ਭਾਈ ਤੂੰ ਫਿਰ ਅੱਜ ਤੋਂ ਬਾਅਦ ਮੈਨੂੰ ਬੁਲਾਈ ਨਾ ਕਿਉਂਕਿ ਤੂੰ ਸੁਧਰਦਾ ਨਹੀਂ ਆਪਾਂ ਇਹ ਕਹਿ ਦਿੰਦੇ ਆਂ ਨਾ ਉਹਨੂੰ ਤੇ ਗੱਲ ਜਿਹੜੀ ਮੈਂ ਕਰਨੀ ਹੈ ਉਹ ਇਹ ਹੈ ਕਿ ਉਹ ਬੰਦਾ ਜਿਹੜਾ ਸੀ ਸ਼ੁਭਦੀਪ ਉਹਦੇ ਕੋਲੇ ਪੈਸਾ ਸੀ ਰਪਾਉਂਡ ਸੀ ਸਭ ਕੁਝ ਸੀ ਨਾਮ ਸੀ ਸ਼ੌਹਰਤ ਸੀ ਟੋਟਲੀ ਸਭ ਕੁਝ ਜਿੱਥੇ ਜਾਂਦਾ ਉਹਨੂੰ ਪਛਾਣਦੇ ਸੀ ਲੋਕ ਉਹਦੀ ਵੱਖਰੀ ਪਛਾਣ ਸੀ ਹਾਲਾਂਕਿ ਕਹਿੰਦਾ ਵੀ ਉਹ ਆ ਗਿਆ ਮੂਸੇ ਵਾਲਾ ਸਿੱਧੂ ਆ ਗਿਆ ਇਹੋ ਗੱਲ ਚੱਲਦੀ ਸੀ ਪਰ ਮੈਂ ਇੱਥੇ ਗੱਲ ਜਿਹੜੀ ਤਾਂ ਕਰ ਰਿਹਾ ਕਿਉਂਕਿ ਉਹਦੇ ਨਾਮ ਦੀ ਵੱਖਰੀ ਪਛਾਣ ਸੀ ਉਹਦਾ ਸਭ ਕੁਝ ਸੀ ਅੱਜ ਪੰਜਾਬ ਦੇ ਵਿੱਚ ਇੱਕ ਚੀਜ਼ ਹੋ ਗਈ ਇਨਸਾਫ਼ ਮੰਗ ਕਹਿੰਦੇ ਦੂਰ ਹੋ ਗਈ ਤੇ ਉਦੀ ਮੌਤ ਹੀ ਅੱਜ ਇੰਨੀ ਮਸ਼ਹੂਰ ਹੋ ਗਈ ਤੇ ਉਸ ਬੰਦੇ ਨੂੰ ਪੁੱਛੋ ਉਹਦੀ ਚੜ੍ਹਾਈ ਚੜਤ ਤੋਂ ਪੁੱਛੋ ਕਿ ਉਹਨੇ ਕੀ ਖਟਿਆ ਉਹਦੇ ਪਿਤਾ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਤੇ ਉਹਨੇ ਇੱਕ ਗੱਲ ਕਹੀ ਕੰਬਦੀ ਹੋਈ ਜ਼ੁਬਾਨ ਦੇ ਵਿੱਚ ਉਹਦੇ ਪਿਤਾ ਨੇ ਗੱਲ ਕਹੀ ਕਹਿੰਦਾ ਇਹਨਾ ਨਾਮ ਦੌਲਤ ਕਮਾ ਕੇ ਸ਼ੌਹਰਤ ਕਮਾ ਕੇ ਆਪਣੇ ਨਾਮ ਨੂੰ ਚਮਕਾ ਕੇ ਕੀ ਖਟਿਆ ਅਸੀਂ ਤੇ ਸਾਰਾ ਕੁਝ ਹੀ ਲੁਟਾ ਬੈਠੇ ਆਪਣਾ ਸਾਡਾ ਤੇ ਸਾਰਾ ਕੁਝ ਹੀ ਲੁੱਟਿਆ ਗਿਆ ਉਹਦੇ ਪਿਤਾ ਦੇ ਬੋਲ ਨੇ ਤੇ ਮੈਂ ਕਈ ਵਾਰੀ ਯਾਦ ਕਰ ਲੈਣਾ ਕਿ ਆਖਰ ਦੇ ਵਿੱਚ ਇਹ ਚੀਜ਼ਾਂ ਬਹੁਤ ਡੁੰਗੀਆਂ ਤੇ ਮਹਿੰਗੀਆਂ ਪੈ ਗਈਆਂ ਜੋ ਚੀਜ਼ਾਂ ਅੱਜ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ ਵਾਪਰ ਚੁੱਕੀਆਂ ਨੇ ਚਲੋ ਸਤਿਗੁਰੂ ਮੇਰਾ ਕਰਨ ਕਿਸੇ ਤੇ ਇਹੋ ਜਿਹਾ ਸਮਾਂ ਨਾ ਆਵੇ ਪਰ ਇੱਕ ਬੇਨਤੀ ਮੈਂ ਖਾਸ ਤੌਰ ਤੇ ਕਰਦੇ ਆਂ ਕਿ ਉਹਨੇ ਹਵੇਲੀ ਬਣਾਈ ਹਵੇਲੀ ਰਹਿਣ ਵਾਸਤੇ ਬਣਾਈ ਸੀ ਪਿੰਡ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਰਹਿਣ ਵਾਸਤੇ ਅੱਜ ਕੋਈ ਬੰਦਾ ਹੁੰਦਾ ਨਾ ਕੋਈ ਮਾੜਾ ਮੋਟਾ ਨਾਮ ਹੋ ਜੇ ਕੁਛ ਵੀ ਉਹ ਜੇ ਬੰਦਾ ਨਾ ਚੰਡੀਗੜ੍ਹ ਨੂੰ ਭੱਜ ਲੈਂਦਾ ਚੰਡੀਗੜ੍ਹ ਦੀ ਸੱਚਾਈ ਇਹ ਹੈ ਕਿ ਚੰਡੀਗੜ੍ਹ ਮਸ਼ਹੂਰ ਹੈ ਵੱਡਾ ਸ਼ਹਿਰ ਹੈ ਚਾ ਚੰਡੀਗੜ੍ਹ ਦਾ ਪਿਸ਼ੋਕੜ ਕੀ ਹੈ 50 ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ ਚੰਡੀਗੜ੍ਹ ਤੇ ਚੰਡੀਗੜ੍ਹ ਨੂੰ ਹਰ ਇੱਕ ਭੱਜ ਲੈਂਦਾ ਤੇ ਅੱਜ ਮੁੰਡੇ ਨਾ ਘਰੋਂ ਲੜ ਲੜ ਕੇ ਚੰਡੀਗੜ੍ਹ ਨੂੰ ਜਾ ਰਹੇ ਨੇ ਕਿਉਂ ਸ਼ਹਿਰ ਆ ਜੀ ਕਹਿੰਦੇ ਘੁੰਮਣ ਫਿਰਨੂ ਆ ਸਭ ਫੈਸਿਲਿਟੀਆਂ ਨੇ ਜੀ ਉੱਥੇ ਟੋਟਲੀ ਓਕੇ ਆ ਜੀ ਕੰਮ ਸਾਰਾ ਗੱਲ ਕਰਦਿਆਂ ਮੁੰਡੇ ਜਿੱਦ ਕਰਦੇ ਨੇ ਘਰਾਂ ਦੇ ਵਿੱਚੋਂ ਸਾਨੂੰ ਪੜਨ ਲਾਓ ਚੰਡੀਗੜ੍ਹ ਨਹੀਂ ਅਸੀਂ ਨਹੀਂ ਪੜਨਾ ਚੰਗੇ ਚੰਗੇ ਘਰਾਂ ਦੇ ਮੁੰਡੇ ਚੰਡੀਗੜ੍ਹ ਪੜਨ ਲਾਓ ਤਾਂ ਪੜਾਂਗੇ ਨਹੀਂ ਪੜਨਾ ਨਹੀਂ ਤੇ ਕੁੜੀਆਂ ਘਰਾਂ ਦੇ ਵਿੱਚੋਂ ਜਿੱਦ ਕਰਕੇ ਚੰਡੀਗੜ੍ਹ ਨੂੰ ਮੂੰਹ ਚੱਕ ਲੈ ਕੇ ਚੰਡੀਗੜ੍ਹ ਲਾਓ ਜੀ ਹੋਸਟਲ ਦੇ ਵਿੱਚ ਰਹਿ ਲਾਂਗੇ ਉੱਥੇ ਪਰ ਅਸੀਂ ਦੇਖੋ ਚੰਡੀਗੜ੍ਹ ਤੋਂ ਬਿਨਾਂ ਨਹੀਂ ਪੜਨਾ ਸਾਡੇ ਵੀ ਹੈਗੇ ਗਵਾਂਡੀਆਂ ਦੇ ਦੋ ਬੱਚੇ ਦੋਨੇ ਭੈਣ ਭਾਈ ਚੰਡੀਗੜ੍ਹ ਲਾਓ ਮੈਂ ਕਿਹਾ ਵੀ ਕਾਰਨ ਕੀ ਹੋ ਗਿਆ ਉਹ ਭਾਈ ਮੈਨੂੰ ਕਹਿੰਦੇ ਵੀ ਸਮਝਾਓ ਜੀ ਇਹਨਾਂ ਨੂੰ ਵੀ ਚੰਡੀਗੜ੍ਹ ਅਸੀਂ ਦੋ ਜੀ ਇੱਥੇ ਘਰੇ ਰਹਿ ਜਾਾਂਗੇ ਤੇ ਸਾਡੇ ਤਾਂ ਦੋ ਬੱਚੇ ਨੇ ਇਹ ਵੀ ਚੰਡੀਗੜ੍ਹ ਜਾਣ ਨੂੰ ਕਹਿੰਦੇ ਨੇ ਮੈਂ ਕਿਹਾ ਵੀ ਕੀ ਗੱਲ ਹੋਈ ਕਹਿੰਦੇ ਜੀ ਚੰਡੀਗੜ੍ਹ ਜਿਹੜਾ ਦਿਖਾਇਆ ਗਾਉਂਦਾ ਨਾ ਟੀਵੀ ਹਾਲੇ ਉਹਨਾਂ ਦੀ ਉਮਰ ਵੀ ਥੋੜੀ ਨਿਆਣ ਮਾਤੀ ਹੈ ਚੰਡੀਗੜ੍ਹ ਦਿਖਾਇਆ ਜਾਂਦਾ ਨਾ ਟੀਵੀਆਂ ਦੇ ਵਿੱਚ ਫਿਲਮਾਂ ਦੇ ਵਿੱਚ ਕਹਿੰਦੇ ਜੀ ਅਸੀਂ ਉਹ ਜ਼ਿੰਦਗੀ ਜੀ ਕੇ ਦੇਖਣੀ ਆ ਮੈਂ ਕਿਹਾ ਵੀ ਪੁੱਤ ਚੰਡੀਗੜ੍ਹ ਜੀ ਕੇ ਤੇ ਦੇਖ ਲੋਗੇ ਪਰ ਤੇ ਕੱਲੂ ਰੱਬ ਨਾ ਕਰੇ ਤੁਹਾਡੇ ਮਾਪੇ ਨੂੰ ਕੁਝ ਹੋ ਜਾਏ ਫੇਰ ਕਹਿੰਦੇ ਜੀ ਉਹ ਬਾਦ ਦੀਆਂ ਗੱਲਾਂ ਨੇ ਹੈਰਾਨ ਹੋ ਗਿਆ ਮੈਂ ਇਹ ਗੱਲ ਸੁਣ ਕੇ ਮੈਂ ਕਿਹਾ ਵੀ ਠੀਕ ਐ ਜਿਵੇਂ ਤੁਹਾਡੀ ਮਤ ਕੰਮ ਕਰਦੀ ਹੈ ਭਾਈ ਉਵੇਂ ਕਰ ਲੋ ਕੀ ਕਹਿ ਸਕਦੇ ਚਲੋ ਮੁੱਕ ਦੀ ਗੱਲ ਜੀ ਉਹਨਾਂ ਨੇ ਮਾਪੇ ਤੇ ਪ੍ਰੈਸ਼ਰ ਪਾ ਕੇ ਚੰਡੀਗੜ੍ਹ ਦਾਖਲਾ ਲੈ ਲਿਆ ਤੇ ਗਹਿਣ ਤੋਂ ਭਾਵ ਬਸ ਫਿਰ ਪਾੜਾ ਜਾਂ ਪੜੂਈਆਂ ਤੇ ਖੂ ਖਾਤੇ ਪੈ ਗਈਆਂ ਸਾਰੀਆਂ ਘੁੰਮਣਾ ਫਿਰਨਾ ਦੋਸਤਾਂ ਨਾਲ ਇੱਧਰ ਉੱਧਰ ਮੁੰਡਾ ਬੁਰੇ ਕੰਮਾਂ 'ਚ ਪੈ ਗਿਆ ਤੇ ਉਹ ਕੁੜੀ ਨੇ ਵੀ ਪੜ੍ਹਾਈ ਵੱਲ ਧਿਆਨ ਨਾ ਦਿੱਤਾ ਕਹਿਣ ਤੋਂ ਭਾਵ ਬੱਚਿਆਂ ਦਾ ਕੈਰੀਅਰ ਖਰਾਬ ਹੋ ਗਿਆ ਦੋਨੇ ਭੈਣ ਭਾਈ ਨਸ਼ੇ ਤੇ ਲੱਗ ਗਏ ਉੱਥੇ ਮੰਢੀਰ ਨਾਲ ਘੁੰਮਦੇ ਫਿਰਦੇ ਰਹੇ ਇਹੋ ਜਿਹੇ ਬੰਦਿਆਂ ਦੇ ਸਾਥ ਹੋ ਗਏ ਚਲੋ ਉਹ ਗੱਲ ਜਿਹੜੀ ਸੀ ਵਿਚੇ ਰੁਲ ਗਈ ਖੈਰ ਮੈਂ ਵਿਸ਼ੇ ਤੋਂ ਹਟ ਕੇ ਗੱਲ ਕਰ ਦਿੱਤੀ ਥੋੜਾ ਜਆ ਆਪਾਂ ਵਿਸ਼ੇ ਤੋਂ ਦੂਰ ਹੋ ਗਏ ਮੈਂ ਬੇਨਤੀ ਕਰਾਂ ਕਿਉਂਕਿ ਬੁਰੀ ਸੰਗਤ ਬੱਚਿਆਂ ਨੂੰ ਲੈ ਬੈਠਦੀ ਹੈ ਬੱਚੇ ਔਲਾਦ ਦੇ ਹੱਥੋਂ ਨਿਕਲ ਜਾਂਦੇ ਨੇ ਤੇ ਜਿਹੜੀ ਮੈਂ ਗੱਲ ਕਰਨੀ ਹੈ ਕਿ ਉਹ ਸ਼ੁਭਦੀਪ ਆਪਣੇ ਮਾਪੇ ਦੇ ਹੱਥਾਂ ਚੋਂ ਨਹੀਂ ਨਿਕਲਿਆ ਕੈਨੇਡਾ ਤੱਕ ਅਮਰੀਕਾ ਤੱਕ ਇੰਗਲੈਂਡ ਤੱਕ ਸ਼ੋਅ ਲਾਏ ਆਪ ਪਹਿਲਾਂ ਵੀ ਗਿਆ ਹਾਈਲਾਈਟਸ ਕਰਕੇ ਆਪ ਖੁਦ ਵੀ ਗਿਆ ਚਲੋ ਉੱਥੇ ਗਿਆ ਤੇ ਜਾ ਕੇ ਆਪਣਾ ਸ਼ੌਂਕ ਸੀ ਜਿਹੜਾ ਉਹਨੂੰ ਗਾਇਕੀ ਦਾ ਉਹ ਨਹੀਂ ਛੱਡਿਆ ਉਹ ਪੂਰਾ ਕਰਦਾ ਰਿਹਾ ਚਲੋ ਉੱਥੇ ਜਾ ਕੇ ਜੋ ਵੀ ਉਹਨੇ ਕੀਤਾ ਮੁੰਡੇ ਨੇ ਕੰਮ ਵੀ ਕੀਤਾ ਗਾਇਕੀ ਦਾ ਖੇਤਰ ਵੀ ਅਪਣਾਇਆ ਨਾਂ ਬਣਾ ਕੇ ਵਾਪਸ ਆਇਆ ਤੇ ਉਹਦੇ ਕੋਲੇ ਪੈਸਾ ਸੀ ਦੌਲਤ ਸੀ ਸਭ ਕੁਝ ਸੀ ਤੇ ਆਪਣੇ ਮਾਪੇ ਦੇ ਕਹਿਣੇ 'ਚ ਰਿਹਾ ਮਾਪੇ ਨੇ ਕਿਹਾ ਵੀ ਤੂੰ ਬਾਹਰ ਭੱਗ ਜਾ ਕੋਈ ਨਾ ਦੁਬਾਰੇ ਭੱਗ ਜਾ ਤੂੰ ਵੀ ਉਰੇ ਨਾ ਰਹਿ ਉਹ ਕਹਿੰਦਾ ਵੀ ਨਹੀਂ ਹੁਣ ਤਾਂ ਮੈਂ ਜਾਣਾ ਹੀ ਹੈ ਨਹੀਂ ਹੁਣ ਤਾਂ ਇੱਥੇ ਹੀ ਰਹੂੰਗਾ ਤੁਹਾਡੇ ਨਾਲ ਹੀ ਹਵੇਲੀ ਉਹਨੇ ਬਣਵਾਈ ਸੀ ਇਸ ਕਰਕੇ ਵੀ ਮੈਂ ਤੁਹਾਡੇ ਨਾਲ ਰਹੂੰਗਾ ਪਿੰਡ ਦੇ ਲੋਕਾਂ 'ਚ ਰਹੂੰਗਾ ਮੇਰਾ ਸੱਚ ਪੁੱਛੋ ਕਹਿੰਦਾ ਇਸ ਮਿੱਟੀ ਤੋਂ ਬਿਨਾ ਜੀ ਨਹੀਂ ਲੱਗਦਾ ਇਸ ਮਿੱਟੀ ਤੋਂ ਵਿਛੜ ਕੇ ਮੇਰਾ ਗੁਜ਼ਾਰਾ ਨਹੀਂ ਇਸ ਮਿੱਟੀ ਨੂੰ ਛੱਡ ਕੇ ਮੈਂ ਨਹੀਂ ਜਾਣਾ ਇਸ ਮਿੱਟੀ ਤੋਂ ਦੂਰ ਹੋ ਕੇ ਮੇਰਾ ਕੁਝ ਨਹੀਂ ਹੈ ਤੇ ਮੈਂ ਇਸ ਮਿੱਟੀ ਨੂੰ ਛੱਡ ਕੇ ਨਹੀਂ ਜਾਣਾ ਮੈਂ ਬਿਲਕੁਲ ਨਹੀਂ ਜਾਣਾ ਕਹਿੰਦਾ ਨਹੀਂ ਗਿਆ ਅਗਲਾ ਇੱਥੇ ਹੀ ਰਿਹਾ ਪੰਜਾਬ ਦੇ ਵਿੱਚ ਹਵੇਲੀ ਬਣਾਈ ਸ਼ੌਂਕ ਨਾਲ ਇੱਥੇ ਹੀ ਰਿਹਾ ਕਹਿੰਦਾ ਵਾਪਸ ਨਹੀਂ ਜਾਣਾ ਰਹੂੰਗਾ ਤਾਂ ਇੱਥੇ ਹੀ ਰਹੂੰਗਾ ਹਾਲਾਂਕਿ ਹਵੇਲੀ ਦੇ ਵਿੱਚ ਦੋ ਕਮਰੇ ਵੀ ਬਣਵਾਏ ਜੇ ਕੋਈ ਦੂਰੋਂ ਮਿਲਣ ਆਵੇ ਰਾਤ ਪੈ ਜਾਉਣਾ ਕਮਰਿਆਂ 'ਚ ਆਰਾਮ ਕਰ ਸਕਦਾ ਦੂਜੇ ਦਿਨ ਜਾ ਸਕਦਾ ਤੇ ਉੱਥੇ ਸਾਰਾ ਕੁਝ ਪ੍ਰਬੰਧ ਕੀਤਾ ਹੋਇਆ ਸੀ ਪੈਣ ਸੌਣ ਦਾ ਰੋਟੀ ਪਾਣੀ ਦਾ ਵੀ ਇੱਥੇ ਹੀ ਅਗਲਾ ਰਵੇ ਕੋਈ ਦਿੱਕਤ ਨਹੀਂ ਕੋਈ ਚੱਕਰ ਨਹੀਂ ਇਹ ਅਸਲ ਸੱਚ ਸੀ ਉਹਦੀ ਜ਼ਿੰਦਗੀ ਦਾ ਅੱਜ ਇਹ ਸੱਚ ਵੀ ਦਫ਼ਨ ਹੋ ਗਿਆ ਤੇ ਸੱਚ ਵੀ ਅੱਜ ਉਹਦੀ ਮੌਤ ਦੇ ਨਾਲ ਹੀ ਬੰਦ ਹੋ ਗਿਆ ਇਹ ਗੱਲ ਯਾਦ ਰੱਖ ਲਿਓ ਸੋ ਇਨੀਆਂ ਕੋ ਬੇਨਤੀਆਂ ਮੈਂ ਕਰਨੀਆਂ ਚਾਹੁੰਦਾ ਸੀ ਸਾਰੇ ਬੇਨਤੀਆਂ ਮੇਰੀਆਂ ਪਰਵਾਨ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਜੁੜੇ ਰਹੋ ਸਾਰਿਆਂ ਦਾ ਧੰਨਵਾਦ ਪਰਮਾਤਮਾ ਕਰੇ ਪੰਜਾਬ ਤੇ ਚੰਗੇ ਤੇ ਸੋਹਣੇ ਖੁਸ਼ਹਾਲ ਦਿਨ ਆ ਜਾਣ ਇਹੋ ਜਿਹੇ ਵਾਕਿਆਤ ਜਿਹੜੇ ਨੇ ਬੰਦ ਹੋ ਜਾਣ ਤੇ ਪੰਜਾਬ ਹਰਿਆ ਭਰਿਆ ਖੁਸ਼ੀਆਂ ਭਰਿਆ ਪਰਿਵਾਰ ਖੇੜਿਆਂ ਦੇ ਵਿੱਚ ਰਹਿਣ ਸਾਰਿਆਂ ਦੇ ਕਿਸੇ ਨਾਲ ਵੀ ਇਹੋ ਜੀ ਵਧਿੱਕੀ ਨਾ ਹੋਵੇ ਮੈਂ ਇਹੋ ਅਰਦਾਸ ਕਰਦਾ ਤੁਸੀਂ ਵੀ ਸਾਰੇ ਕਰਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ